ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਆਪਾਂ ਗੱਲ ਕਰਾਂਗੇ ਅਰਦਾਸ ਨੂੰ ਸਫਲ ਬਣਾਉਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਆਪਾਂ ਹਰੇਕ ਕੋਈ ਅਰਦਾਸ ਕਰਦੇ ਹਾਂ ਕੋਈ ਕਹਿੰਦਾ ਸਾਡੀ ਸਫਲ ਹੋ ਜਾਂਦੀ ਏ ਪੂਰੀ ਹੋ ਜਾਂਦੀ ਏ ਕੋਈ ਕਹਿੰਦਾ ਨਹੀਂ ਹੁੰਦੀ ਅੱਜ ਜਾਣਨਾ ਹੈ ਵੀ ਪੂਰੀ ਕਿਉਂ ਨਹੀਂ ਹੁੰਦੀ ਸੰਗਤ ਜੀ ਅਰਦਾਸ ਦੀ ਸਫਲਤਾ ਦੇ ਕੁਝ ਨਿਯਮ ਹਨ ਜੇਕਰ ਇਨ੍ਹਾਂ ਤੇ ਧਿਆਨ ਦੇ ਕੇ ਪ੍ਰਭੂ ਪਿਤਾ ਪਰਮਾਤਮਾ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰੀਏ ਤਾਂ ਵਾਹਿਗੁਰੂ ਜੀ ਹਰ ਇੱਕ ਸ਼ੁਭ ਅਰਦਾਸ ਨੂੰ ਫਲ ਪਾਉਂਦੇ ਹਨ ਅਰਦਾਸ ਦੀ ਸਫਲਤਾ ਹੁੰਦੀ ਹੈ ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਰੂਰੀ ਪੁਆਇੰਟ ਇਕਾਗਰਤਾ ਅਰਦਾਸ ਕਰਨ ਵਾਲੇ ਦਾ ਪੂਰਾ ਮਨ ਅਰਦਾਸ ਵਾਲੇ ਪਾਸੇ ਹੀ ਹੋਵੇ ਇਸ ਤੋਂ ਬਿਨਾ ਅਰਦਾਸ ਮਨਜ਼ੂਰ ਨਹੀਂ ਹੋ ਸਕਦੀ ਪਾਠ ਚਾਹੇ ਕੋਈ ਵੀ ਹੋਵੇ ਜਿੰਨਾ ਚਿਰ ਮਨ ਇਕਾਗਰ ਨਹੀਂ ਹੋਇਆ ਉਨਨੀ ਚਿਰ ਤਾਂ ਸਮਝੋ ਕਿ ਪਾਠ ਕਰਕੇ ਆਪਾਂ ਵਿਅਰਥਕ ਵਾ ਲਿਆ ਪਰ ਜਿਸ ਦਿਨ ਤੋਂ ਇਕਾਗਰਤਾ ਵਾਲੇ ਪਾਸੇ ਧਿਆਨ ਦਿੱਤਾ ਉਸੇ ਦਿਨ ਤੋਂ ਵਾਇਗਰੂ ਬਾਫੜਨ ਲੱਗ ਜਾਂਦੀ ਨੇ ਇਸ ਲਈ ਅਰਦਾਸ ਕਰਦੇ ਸਮੇ ਸਭ ਤੋਂ ਜ਼ਰੂਰੀ ਹੈ ਧਿਆਨ ਇਹ ਨਾ ਗੱਲਾਂ ਦਾ ਰੱਖਣਾ ਕਿ ਆਪਣਾ ਸਾਰਾ ਖਿਆਲ ਅਰਦਾਸ ਪਾਸੇ ਹੋਣਾ ਚਾਹੀਦਾ ਹੈ वो वाहेगुरू पास होना चाहिए दूजा सब तो जरूरी है पॉजिटिविटी अरदस हमेशा अपने पॉजिटिव होना चाहिए। कभी भी किसी की बुराई की अरदस नहीं करनी पातशाह मैं अरदस कर दा फ इंज हो जे फलाने का यह हो जे फला इंज हो ज नहीं किसी का बुरा क्यों सोचना हमेशा शुभ अरदस करनी भले की अरदस करनी सरबत की अरदस करनी ਫਿਰ ਦੇਖਿਓ ਪਾਤਸ਼ਾਹ ਉਹ ਵਾਹਿਗੁਰੂ ਆਪਣੇ ਕਿਵੇਂ ਅਰਦਾਸ ਸੁਣਦੇ ਨੇ। ਭਲੇ ਲਈ ਕੀਤੀ ਅਰਦਾਸ ਨੇ ਵਾਹਿਗੁਰੂ ਬੜੇ ਨੇੜੇ ਹੋ ਕੇ ਸੁਣਦੇ ਹਨ। ਵਾਹਿਗੁਰੂ ਤਾਂ ਸਾਡੇ ਹਰ ਪਲ ਨੇੜੇ ਨੇ ਬਸ ਆਪਾਂ ਹੀ ਨਹੀਂ ਸਮਝਦੇ। ਪਰ ਜਿਸ ਦਿਨ ਇਨਸਾਨ ਨੇ ਕਿਸੇ ਦੀ ਬੁਰਾਈ ਲਈ ਅਰਦਾਸ ਕੀਤੀ ਹੋਵੇ ਉਸ ਨਾਲ ਪਰਮਾਤਮਾ ਰੁੱਸ ਜਾਂਦੇ ਹਨ। ਫਿਰ ਉਸ ਦੀ ਕੋਈ ਵੀ ਅਰਦਾਸ ਪਰਵਾਨ ਨਹੀਂ ਹੁੰਦੀ ਤੇ ਇਹ ਛੋਟੀਆਂ-ਛੋਟੀਆਂ ਗੱਲਾਂ ਹੀ ਨੇ ਜੋ ਆਪਾਂ ਕਦੀ ਨਹੀਂ ਸਮਝਦੇ ਇਸ ਗੱਲ ਦਾ ਖਾਸ ਤੇ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਵੀ ਅਰਦਾਸ ਕਰੀਏ ਉਹ ਸ਼ੁਭ ਹੋਵੇ ਪੋਜ਼ਿਟਿਵ ਹੋਵੇ ਕਿਸੇ ਦਾ ਬੁਰਾ ਨਾ ਹੋਵੇ ਸਭ ਦਾ ਭਲਾਈ ਹੋਵੇ ਗੁਰੂ ਘਰ ਵਿੱਚ ਜਦ ਵੀ ਅਰਦਾਸ ਹੁੰਦੀ ਹੈ ਤਾਂ ਪਾਠੀ ਸਿੰਘ ਹਮੇਸ਼ਾ ਕਹਿੰਦੇ ਹਨ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਹਮੇਸ਼ਾ ਸਰਬੱਤੇ ਪਲੇ ਦੀ ਗੱਲ ਕਰਦੇ ਹਨ ਆਪਾਂ ਵੀ ਆਪਣੀ ਅਰਦਾਸ ਕਰਦੇ ਵੇਲੇ ਸਰਬੱਤ ਦਾ ਭਲਾ ਹੀ ਮੰਗਣਾ ਕਿਉਂਕਿ ਜਦੋਂ ਸਾਰਿਆਂ ਦਾ ਭਲਾ ਮੰਗ ਲਿਆ ਤੇ ਉਹਦੇ ਵਿੱਚ ਆਪਾਂ ਵੀ ਆ ਜਦੋਂ ਸਭ ਦਾ ਭਲਾ ਹੋਏਗਾ ਤਾਂ ਆਪਣਾ ਵੀ ਹੋਏਗਾ ਤੀਸਰਾ ਮੁੱਖ ਪੁਆਇੰਟ ਜੋ ਆਪਾਂ ਯਾਦ ਰੱਖਣਾ ਜੀ ਉਹ ਹੈ ਸ਼ਰਧਾ ਆਪਣੇ ਗੁਰੂ ਵਿੱਚ ਆਪਣੇ ਪਰਮਾਤਮਾ ਵਿੱਚ ਆਪਣੇ ਵਾਹਿਗੁਰੂ ਵਿੱਚ ਪੂਰੀ ਸ਼ਰਧਾ ਰੱਖਣੀ ਚਾਹੀਦੀ ਹੈ ਇਹ ਨਹੀਂ ਐ ਬੇਅਜਤ ਸ਼ਰਧਾ ਇੱਥੇ ਹੈ ਪਰਸੋਂ ਉੱਥੇ ਹੈ ਪਰਸੋਂ ਉੱਥੇ ਨਹੀਂ ਮਾਨ ਵਿੱਚ ਇੰਨੀ ਸ਼ਰਧਾ ਰੱਖੋ ਇੰਨੀ ਪੋਜ਼ਿਟਿਵਿਟੀ ਰੱਖੋ ਕਿ ਜਦੋਂ ਅਰਦਾਸ ਕਰ ਰਹੇ ਹੋ ਐਵੇਂ ਹੋਵੇ ਇਹੀ ਸੋਚੋ ਕਿ ਅਰਦਾਸ ਵਾਹਿਗੁਰੂ ਨੇ ਖੁਦ ਪੂਰੀ ਕਰਨੀ ਉਹਨਾਂ ਮੇਰੀ ਅਰਦਾਸ ਸੁਣ ਲਈ ਅੱਜ ਨਹੀਂ ਤਾਂ ਕੱਲ ਇਹ ਅਰਦਾਸ ਵਾਹਿਗੁਰੂ ਆਪ ਪੂਰੀ ਕਰਨਗੇ ਇੱਕ ਵਾਰ ਇੱਕ ਸਾਧੂ ਇੱਕ ਫਕੀਰ ਆ ਤਪ ਦੀ ਦਪੈਰ ਵਿੱਚ ਤੁਰਿਆ ਜਾਂਦਾ ਸੀ ਆਹੀ ਜੇਠ ਦੇ ਦਿਨ ਜਨ ਮਈ ਦਾ ਮਹੀਨਾ ਬੇਹੱਦ ਤੇਜ ਸੂਰਜ ਦੀ ਗਰਮੀ ਅਤੇ ਲੋਵਗਰੀ ਸੀ ਪਸ਼ੂ ਪੰਛੀ ਮਨੁੱਖ ਸਭ ਗਰਮੀ ਦੀ ਮਾਰ ਨਾਲ ਤਰਸਤਰਸ ਰੇ ਸੀ ਉਤਰਾਤਰ ਕਰ ਰਹੀ ਸੀ ਕਿਸਾਨਾਂ ਦੀਆਂ ਫਸਲਾਂ ਮੁਰਝਾ ਰਹੀਆਂ ਸਨ ਉਹ ਫਕੀਰ ਕਿੰਨੇ ਹੀ ਮੀਲਾਂ ਦਾ ਪੰਦ ਔਰ ਰਸਤਾ ਤੈਅ ਕਰਕੇ ਅੱਗੇ ਤੁਰ ਜਾ ਰਿਹਾ ਸੀ ਤੇ ਗਰਮੀ ਨੇ ਤੇ ਆਤੀ ਲੈ ਲਈ ਸੀ ਬਹੁਤ ਜ਼ਿਆਦਾ ਸੂਰਜ ਅ ਸਿਖਰ ਤੇ ਸੀ ਜਦੋਂ ਉਤੁਰਤਾ ਹੋਇਆ ਜਾ ਰਿਹਾ ਸੀ ਸੰਤ ਇੱਕ ਜਗ੍ਹਾ ਦੇਖਦਾ ਹੈ ਕਿ ਕਾਫੀ ਜਨੇ ਲੋਕਾਂ ਦਾ ਇਕੱਠ ਹੁੰਦਾ ਹੈ ਸੰਤ ਉਧਰ ਨੂੰ ਉਤੁਰ ਪਿੰਦਾ ਉਹ ਇਕੱਠ ਵੱਲ ਜਾਂਦਾ ਉੱਥੇ ਸਭ ਲੋਕ ਖੜੇ ਹੋ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰ ਰਹੇ ਹੁੰਦੇ ਹਨ ਵਾਹਿਗੁਰੂ ਦੇ ਅੱਗੇ ਪਸ਼ੂ ਪੰਛੀਆਂ ਦਾ ਫਸਲਾਂ ਵਾਸਤੇ ਕਿ ਕਹਿੰਦੇ ਬਿਹੇ ਪਰਮਾਤਮਾ ਵੀ ਕਿਰਪਾ ਕਰ ਆਪਣੇ ਬੱਚਿਆਂ ਤੇ ਬਾਰਿਸ਼ ਪਾ ਪਰਮਾਤਮਾ ਮੀਪਾ ਕਿਰਪਾ ਕਰਕੇ ਇਥੇ ਮੀਂਹ ਪਾ ਧਰਤੀ ਵੀ ਪਾਣੀ ਨਾਲ ਰੱਜ ਜਾਵੇ ਫਸਲਾਂ ਦੀ ਖੁਸ਼ਹਾਲੀ ਹੋ ਜਾਵੇ ਅਤੇ ਪਸ਼ੂ ਪੰਛੀ ਵੀ ਰਾਜੀ ਖੁਸ਼ੀ ਹੋ ਜਾਣ ਉਹ ਸੰਤ ਉਹ ਫਕੀਰ ਚੁੱਪਚਾਪ ਉਥੇ ਖੜਾ ਹੋ ਕੇ ਅਰਦਾਸ ਸੁਣਦਾਰਿਆ ਅਰਦਾਸ ਤੋਂ ਬਾਅਦ ਉਹ ਫਕੀਰ ਉਸ ਅਰਦਾਸ ਕਰਨ ਵਾਲੇ ਜੋ ਵੀਰ ਜੀ ਸੀ ਉਹਨਾਂ ਕੋਲ ਗਿਆ ਉਹਨੂੰ ਕਿਹਾ ਅਰਦਾਸ ਤਾਂ ਤੁਸੀਂ ਕਰ ਦਿੱਤੀ ਪਰ ਤੁਹਾਡੀਆਂ ਛਤਰੀਆਂ ਕਿੱਥੇ ਨੇ ਉਹ ਗੋ ਹੱਸਣ ਲੱਗੇ ਕਹਿਣ ਲੱਗੇ ਬਾਬਾ ਹੱਦ ਹੋ ਗਈ ਨਾ ਉਧਰ ਬੱਦਲੇ ਨਾ ਉਧਰ ਹਨੇਰੀਏ ਨਾ ਕੋਈ ਇੱਥੇ ਬੱਦਲ ਕਿਤੇ ਕਿਤੇ ਦੂਰ ਦਿਸਦਾ ਨਹੀਂ ਪਿਆ ਮੀਂਹ ਆਉਣ ਦੀ ਸੰਭਾਵਨਾ ਨਹੀਂ ਫਿਰ ਛਤਰियां ਕਿਉਂ ਲੈ ਕੇ ਆਉਂਦੇ ਅਸੀਂ ਮੂਰਖ ਵੀ ਅਸੀਂ ਮੂਰਖ ਤਾਂ ਨਹੀਂ ਉਹਨਾਂ ਨੂੰ ਬਾਬਾ ਉਹ ਫਕੀਰ ਕੋਈ ਪਾਗਲ ਮਨੁੱਖ ਲੱਗਿਆ ਤਾਂ ਉਸ ਫਕੀਰ ਨੇ ਉੱਤਰ ਦਿੱਤਾ ਉਹਨੇ ਕਿਹਾ ਉਹ ਕਹਿਣ ਲੱਗੇ ਵੀ ਤੁਹਾਡੀ ਆਪਣੇ ਵਿੱਚਰ ਦਾ ਭਾਵਨਾ ਤਾਂ ਹੈ ਨਹੀਂ ਉਨਾ ਕਿਹਾ ਪਾਈ ਤੁਸੀਂ ਅਰਦਾਸ ਤਾਂ ਕਰ ਦਿੱਤੀ ਪਰ ਤੁਹਾਨੂੰ ਸ਼ਰਧਾ ਤਾਂ ਪੂਰਾ ਵੀ ਨਹੀਂ ਸੀ ਜੇ ਕਹੀਏ ਵੀ ਤੁਹਾਨੂੰ ਵਾਹਿਗੁਰੂ ਤੇ ਵਿਸ਼ਵਾਸ ਤਾਂ ਪੂਰਾ ਵੀ ਨਹੀਂ ਹੈਗਾ ਵੀ ਤੁਸੀਂ ਅਰਦਾਸ ਕੀਤੀ ਜੇ ਤੁਹਾਨੂੰ ਵਿਸ਼ਵਾਸ ਹੁੰਦਾ ਵੀ ਹਾਂ ਮੀ ਪੈਣਾ ਤੇ ਤੁਸੀਂ ਨਾਲ ਸਾਰੇ ਬੰਦੋਬਸਤ ਕਰਕੇ ਆਉਂਦੇ ਵੀ ਸਾਡੀ ਅਰਦਾਸ ਸੁਣੀ ਜਾਣੀ ਤੁਹਾਨੂੰ ਤਾਂ ਆਪਣੇ ਵਾਹਿਗੁਰੂ ਤੇ ਵਿਸ਼ਵਾਸ ਨਹੀਂ ਹੈਗਾ ਜਦੋਂ ਤੁਹਾਨੂੰ ਸ਼ਰਧਾ ਹੀ ਨਹੀਂ ਫਿਰ ਤੁਹਾਡੀ ਕੀਤੀ ਅਰਦਾਸ ਵਿਅਰਥ ਹੈ ਸ਼ਰਧਾ ਸਭ ਤੋਂ ਵੱਧ ਜ਼ਰੂਰੀ ਹੈ ਜਦੋਂ ਤੁਸੀਂ ਅਰਦਾਸ ਕਰਨ ਆਏ ਸੀ ਤਾਂ ਮਨ ਵਿੱਚ ਸ਼ਰਧਾ ਹੋਣੀ ਚਾਹੀਦੀ ਸੀ ਕਿ ਪਰਮਾਤਮਾ ਖੁਦ ਆਉਣਗੇ ਬੱਦਲ ਵੀ ਆਉਣਗੇ ਖੰਡੀ ਹਵਾ ਵੀ ਆਪੇ ਆ ਜਾਏਗੀ ਤੁਸੀਂ ਛਤਰੀਆਂ ਲੈ ਕੇ ਆਉਂਦੇ ਇਹ ਗੱਲ ਸੁਣ ਕੇ ਉਹਨਾਂ ਨੇ ਨਿਸ਼ਚਾ ਕੀਤਾ ਕਿ ਹੁਣ ਵਾਪਸ ਪਿੰਡ ਜਾ ਕੇ ਛਤਰੀਆਂ ਲੈ ਕੇ ਆਉਣਗੇ ਫਿਰ ਦੁਬਾਰਾ ਅਰਦਾਸ ਕਰਨਗੇ ਅਤੇ ਫਿਰ ਕਿਰਪਾ ਹੋਵੇਗੀ ਮੀਂਹ ਪਵੇਗਾ ਇਸ ਕਹਾਣੀ ਤੋਂ ਆਪਾਂ ਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਸ਼ਰਧਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਸ਼ਰਧਾ ਬਹੁਤ ਹੀ ਤਾਕਤ ਵਾਲੀ ਚੀਜ਼ ਹੈ ਸ਼ਰਧਾ ਆਪਣੀ ਨਾ ਇੱਕ ਜਗ੍ਹਾ ਤੇ ਹੀ ਹੋਣੀ ਚਾਹੀਦੀ ਹੈ ਮਨੁੱਖ ਇਹ ਨਹੀਂ ਵਿਹਾਰ ਥਾਂ ਨੂੰ ਹੀ ਮੰਨੀ ਜਾਵੇ ਵੀ ਮੈਨੂੰ ਇਹ ਵੀ ਮੰਨ ਲਾ ਉਹ ਵੀ ਮੰਨ ਲਾ ਇਹ ਵੀ ਮੰਨ ਨਹੀਂ ਹਰੇਕ ਮਨੁੱਖ ਨੂੰ ਆਪਣੇ ਧਰਮ ਵਿੱਚ ਪੱਕਾ ਹੋਣਾ ਚਾਹੀਦਾ ਹੈ ਸਤਕਾਰ ਸਭ ਧਰਮਾਂ ਦਾ ਕਰੋ ਜਿਸ ਤਰ੍ਹਾਂ ਆਪਣੇ ਗੁਰਸਬਾਨਾਂ ਨੇ ਆਪਾਂ ਨੂੰ ਸਿੱਖਾਇਆ ਹੈ ਨਾ ਵੀ ਹਾਂ ਸਾਬ ਦਾ ਸਤਕਾਰ ਕਰੋ ਪਰ ਕਿਸੇ ਦੇ دین ਧਰਮ ਤੇ ਕਿੰਤੂ ਨਾ ਕਰੋ ਕੁਐਸਚਨ ਨਾ ਕਰੋ ਪਰਸ਼ਨ ਨਾ ਕਰੋ ਸ਼ਰਧਾ ਭਾਵਨਾ ਐਵੇਂ ਦੀ ਹੋਣੀ ਚਾਹੀਦੀ ਹੈ ਕਿ ਜਿਵੇਂ ਇੱਕ ਜਵਾਨ ਆਪਣੀ ਮਾਂ ਤੇ ਕਰਦਾ ਉਹ ਬਿਲਕੁਲ ਅੱਖਾਂ ਬੰਦ ਕਰਕੇ ਨਾ ਵਿਸ਼ਵਾਸ ਕਰਦਾ ਆਪਣੀ ਮਾਂ ਤੇ ਉਹਨੂੰ ਪਤਾ ਹੁੰਦਾ ਹੈ ਕਿ ਮਾਂ ਜੋ ਵੀ ਉਹਦੇ ਲਈ ਕਰੇਗੀ ਨਾ ਉਹ ਠੀਕ ਹੋਏਗਾ ਸ਼ਰਧਾ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਬਸ ਪਤਾ ਹੈ ਅਰਦਾਸ ਤੇ ਵਿਸ਼ਵਾਸ ਦੋ ਐਸੇ ਸ਼ਬਦ ਨੇ ਜੋ ਦਿਸਦੇ ਨਹੀਂ ਪਰ ਜਦੋਂ ਇਹ ਆਪਣਾ ਕੰਮ ਕਰਦੇ ਨੇ ਤਾਂ ਜੋ ਨਹੀਂ ਹੋ ਸਕਦਾ ਨਾ ਉਹ ਵੀ ਕਰ ਦਿੰਦੇ ਨੇ ਕਿਉਂਕਿ ਅਰਦਾਸ ਦੀ ਤਾਕਤ ਬਹੁਤ ਵੱਡੀ ਹੈ ਜਦੋਂ ਕੋਈ ਆਪਣੇ ਘਰ ਠੀਕ ਨਹੀਂ ਹੁੰਦਾ ਜਾਂ ਕੋਈ ਕੰਮ ਨਹੀਂ ਹੁੰਦਾ ਤਾਂ ਆਪਾਂ ਕਿਹਨੀ ਛੇਤੀ ਵਾਹਿਗੁਰੂ ਵਾਹਿਗੁਰੂ ਹੇ ਬਾਦਸ਼ਾ ਐਵੇਂ ਕਰ ਦੋ ਏ ਵਾਹਿਗੁਰੂ ਐਵੇਂ ਕਰ ਦੋ ਮਨੰਦਰ ਵਿਸ਼ਵਾਸ ਹੁੰਦਾ ਹੈ ਨਾ ਕਿ ਵਾਹਿਗੁਰੂ ਐਵੇਂ ਕਰ ਦਿੰਗੇ ਇਸ ਲਈ ਉਹ ਵਾਹਿਗੁਰੂ ਅੱਗੇ ਵਿਸ਼ਵਾਸ ਕਰਕੇ ਨਿਸ਼ਚੈ ਕਰਕੇ ਕਿ ਇਹ ਵਾਹਿਗੁਰੂ ਮੇਰੇ ਤਾਂ ਤੇਰੇ ਤੇ ਸ਼ਰਧਾ ਹੈ ਤੁਸੀਂ ਵੀ ਕਹਿੰਦੇ ਮੇਰੀ ਡੋਰ ਤੁਹਾਡੇ ਤੇ ਹੱਤ ਹੈ ਫਿਰ ਅਰਦਾਸ ਕਰਿਆ ਕਰੋ ਫਿਰ ਦੇਖਿਓ ਪਾਤਸ਼ਾਹ ਕਿਵੇਂ ਸਾਰੇ ਕੰਮ ਤੁਹਾਡੇ ਕਰਦੇ ਕਿਵੇਂ ਸਾਰੇ ਕੰਮ ਤੁਹਾਡੇ ਰਾਸ ਹੁੰਦੇ ਵਾਹਿਗੁਰੂ ਸਭ ਦਾ ਭਲਾ ਕਰਨਗੇ ਸਿਰਫ ਲੋੜ ਕੀ ਹੈ ਉਹ ਵਾਹਿਗੁਰੂ ਅੱਗੇ ਹੱਥ ਆਪਣੇ ਅੱਡ ਕੇ ਕਹਿਣਾ ਕਿ ਪਾਤਸ਼ਾਹ ਸਰਬੱਤ ਦਾ ਭਲਾ ਕਰੋ ਜਿਸ ਦਿਨ ਇਹ ਜਾਚ ਆਗੀ ਨਾ ਸਰਬੱਤ ਦਾ ਭਲਾ ਮੰਗਣ ਦੀ ਫਿਰ ਦੇਖਿਓ ਆਪੇ ਸਾਰੇ ਕੰਮ ਰਾਸ ਆ ਜਾਣਗੇ ਆਪਾਂ ਤਾਂ ਵਾਹਿਗੁਰੂ ਨੇ ਸਾਰੇ ਰਸਤੇ ਦਿੱਤੇ ਨੇ ਬਸ ਆਪਾਂ ਸਮਝਦੇ ਹੀ ਨਹੀਂ ਆਪਾਂ ਨੇ ਇਹ ਹੁੰਦਾ ਵੀ ਨਹੀਂ ਐਵੇਂ ਨਹੀਂ ਕਰਨਾ ਜਦੋਂ ਪਾਤਸ਼ਾਹ ਨੇ ਕਿਹਾ ਕਿ ਕੋਈ ਕੰਮ ਤੇਰਾ ਅੜ ਜਾਵੇ ਕੁਛ ਹੋ ਜਾਵੇ ਆਪਣੇ ਵਿੱਚ ਬਹੁਤਿਆਂ ਦੇ ਐਵੇਂ ਹੁੰਦਾ ਨਾ ਕੋਈ ਕੰਮ ਅੜ ਜਾਂਦਾ ਤੇ ਆਪਣੇ ਨੇੜੇ ਤਰੇੜੇ ਕੋਈ ਭੁੱਖਾ ਕੁਛ ਹੋਵੇ ਉਹਨੂੰ ਪ੍ਰਸ਼ਾਦਾ ਛਕਾ ਜਿਨੀ ਵਸਤਰ ਦੇ ਲੋੜ ਹੈ ਉਹਨੂੰ ਵਸਤਰ ਦੇ ਕਿਸੇ ਗਰੀਬ ਦੀ ਮਦਦ ਕਰ ਆਪਾਂ ਨੂੰ ਜੋ ਗੱਲਾਂ ਦੱਸੀਆਂ ਨੇ ਆਪਾਂ ਉਹਨਾਂ ਤੇ ਕਦੇ ਵੀ ਨਹੀਂ ਚੱਲਦੇ ਨਹੀਂ ਚੱਲਦੇ ਨਾ ਫਿਰ ਆਪਾਂ ਕਿਵੇਂ ਕਹਿ ਦਿੰਨੇ ਆ ਕਿ ਪਾਤਸ਼ਾਹ ਸਾਡੇ ਨਹੀਂ ਸੁਣਦਾ ਆਪਾਂ ਸੁਣਨੇ ਆ ਉਹਨਾਂ ਦੀ ਨਹੀਂ ਨਾ ਇਸ ਲਈ ਪਹਿਲਾਂ ਸੁਣੋ ਮੰਨੋ ਫਿਰ ਪਾਤਸ਼ਾਹ ਆਪੇ ਤੁਹਾਡੀ ਸੁਣਨਗੇ ਜਦੋਂ ਆਪਣੇ ਅੰਦਰ ਉਹ ਵਾਹਿਗੁਰੂ ਦੀ ਜੋਤ ਜਗਦੀ ਨਾ ਫਿਰ ਆਪਾਂ ਨੂੰ ਕਦੀ ਕਿਸੇ ਨਾਲ ਕੋਈ ਗਿਲੇ ਸ਼ਿਕਵੇ ਵੀ ਨਹੀਂ ਹੋਣਗੇ ਤੇ ਆਪਣੇ ਸਾਰੀਆਂ ਅਰਦਾਸਾਂ ਵੀ ਕਬੂਲ ਹੋਣਗੀਆਂ ਆਪਣੇ ਵਿੱਚੋਂ ਕਈ ਕਹਿ ਦਿੰਦੇ ਨੇ ਮੇਰਾ ਫਲਾਣਾ ਕੰਮ ਨਹੀਂ ਹੁੰਦਾ ਮੈਨੂੰ ਇੰਜ ਨਹੀਂ ਹੁੰਦਾ ਜਾਂ ਮੇਰਾ ਆ ਕੰਮ ਰੁਕ ਗਿਆ ਉਹ ਕਿਉਂ ਨਹੀਂ ਹੁੰਦੇ ਕਿਉਂਕਿ ਆਪਣੀ ਵਾਹਿਗੁਰੂ ਵਿੱਚ ਸ਼ਰਦਾ ਹੀ ਨਹੀਂ ਹੁੰਦੀ ਜਿਸ ਦਿਨ ਸ਼ਰਦਾ ਬਣ ਗਈ ਨਾ ਕਿ हे ਪਾਤਸ਼ਾ ਮੇਰਾ ਕੰਮ ਨਹੀਂ ਹੋ ਰਿਹਾ ਤੇ ਮੈਂ ਤੁਹਾਡੇ ਅਗੇ ਅਰਦਾਸ ਕਰ ਰਿਹਾ ਮੇਰਾ ਇਹ ਕੰਮ ਹੋ ਜਾਏ ਤੇ ਤੁਸੀਂ ਕਰਨਾ ਫਿਰ ਦੇਖਿਓ ਆਪੇ ਉਹ ਸਾਰਾ ਕੁਝ ਹੋ ਜਾਏਗਾ